ਪਹਿਲਾਂ ਇਨਕਾਰ, ਫਿਰ ਹਾਈ ਕੋਰਟ ਦੀ ਫਟਕਾਰ, ਤੇ ਹੁਣ ਹੈਰਾਨ ਗੁਣ ਹਲਫਨਾਮੇ ਨੇ ਹਰ ਕੋਈ ਕੀਤਾ ਹੈਰਾਨ। ਜਿਆਂ ਲਾਰੈਂਸ ਬਿਸ਼ਨੋਈ ਦੀ ਜੇਲ੍ਹ 'ਚ ਹੋਏ ਇੰਟਰਵਿਊ ਦੇ ਮਾਮਲੇ 'ਚ ਪੰਜਾਬ ਦੀ ਸਰਕਾਰ ਤੇ ਪੰਜਾਬ ਦੀ ਪੁਲਿਸ ਲਗਾਤਾਰ ਬੈਕਫੁੱਟ ਤੇ, ਲਗਾਤਾਰ ਇਸ ਇੰਟਰਵਿਊ ਨੂੰ ਲੈ ਕੇ, ਜੇਲ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਸਰਕਾਰ ਤੇ ਪੁਲਿਸ ਨੂੰ ਫਟਕਾਰ ਤੇ ਫਟਕਾਰ ਲੱਗ ਰਹੀ ਹੈ। ਪਰ ਹੁਣ ਇਸ ਮਾਮਲੇ ਨਾਲ ਜੁੜਿਆ ਇੱਕ ਹਲਫਨਾਮਾ ਸੂਬੇ ਦੇ DGP ਗੌਰਵ ਯਾਦਵ ਵੱਲੋਂ ਮਾਣਯੋਗ ਹਾਈਕੋਰਟ 'ਚ ਦਾਖਲ ਕੀਤਾ ਗਿਆ। ਇਸ ਤੋਂ ਬਾਅਦ ਇਹ ਸਾਬਤ ਹੋ ਗਿਆ ਕਿ ਹਾਈਕੋਰਟ ਵੱਲੋਂ ਜਤਾਇਆ ਗਿਆ ਖਦਸ਼ਾ ਬਿਲਕੁਲ ਸਹੀ ਸੀ। ਦਰਅਸਲ ਲਾਰੈਂਸ ਦੀ ਇੰਟਰਵਿਊ ਤੋਂ ਬਾਅਦ ਹਾਈਕੋਰਟ ਵੱਲੋਂ ਖਦਸ਼ਾ ਜਤਾਇਆ ਗਿਆ ਸੀ ਕਿ ਇਸ ਇੰਟਰਵਿਊ ਤੋਂ ਬਾਅਦ ਸੂਬੇ 'ਚ ਕ੍ਰਾਈਮ ਵੱਧ ਸਕਦਾ ਹੈ, ਕਿਉਂਕਿ ਇਸ ਇੰਟਰਵਿਊ 'ਚ ਗੈਂਗਸਟਰ ਨੂੰ ਗਲੋਰੀਫਾਈ ਕੀਤਾ ਗਿਆ ਤੇ ਹੋਇਆ ਵੀ ਬਿਲਕੁਲ ਅਜਿਹਾ ਹੀ। ਨਾ ਨਾ ਨਾ, ਇਹ ਅਸੀਂ ਨਹੀਂ ਕਹਿ ਰਹੇ, ਇਹ ਕਹਿ ਰਿਹਾ ਹੈ ਹਲਫਨਾਮਾ ਜੋ ਖੁਦ ਸੂਬੇ ਦੇ DGP ਗੌਰਵ ਯਾਦਵ ਵੱਲੋਂ ਹਾਈਕੋਰਟ ਦੇ ਵਿੱਚ ਦਾਖਲ ਕੀਤਾ ਗਿਆ। ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਨੂੰ ਲੈ ਕੇ ਹਾਈਕੋਰਟ ਨੇ ਜੋ ਖਦਸ਼ਾ ਜਤਾਇਆ ਸੀ ਉਹ ਸਹੀ ਸਾਬਤ ਹੋਇਆ। ਹਾਈਕੋਰਟ ਦਾ ਕਹਿਣਾ ਸੀਗਾ ਕਿ ਇਹ ਇੰਟਰਵਿਊ ਕਿਸੇ ਨਾ ਕਿਸੇ ਤਰੀਕੇ ਨਾਲ ਅਪਰਾਧ ਨੂੰ ਗਲੋਰੀਫਾਈ ਕਰਦੀ ਹੈ। ਹਾਈਕੋਰਟ ਨੇ ਜੋ ਜਾਣਕਾਰੀ ਮੰਗੀ ਸੀ ਹੁਣ ਉਹ ਜਾਣਕਾਰੀ DGP ਨੇ ਹਾਈਕੋਰਟ ਨੂੰ ਦਿੱਤੀ ਹੈ, ਔਰ ਇਹ ਸਾਫ਼ ਪਤਾ ਚੱਲ ਗਿਆ ਕਿ ਇੰਟਰਵਿਊ ਤੋਂ ਪਹਿਲਾਂ ਕ੍ਰਾਈਮ ਕਿੰਨਾ ਸੀਗਾ ਔਰ ਇੰਟਰਵਿਊ ਤੋਂ ਬਾਅਦ ਕ੍ਰਾਈਮ ਕਿੰਨਾ ਜ਼ਿਆਦਾ ਵੱਧ ਗਿਆ। ਜਾਂ ਪੰਜਾਬ ਪੁਲਿਸ ਦੇ ਮੁਤਾਬਕ ਪੰਜਾਬ 'ਚ ਧਮਕੀਆਂ ਦੇਣ, ਫਰੌਤੀਆਂ ਮੰਗਣ ਅਤੇ ਹੋਰ ਅਪਰਾਧਕ ਮਾਮਲਿਆਂ 'ਚ ਵਾਧਾ ਹੋਇਆ, ਜਿਸ ਦਾ ਜ਼ਿਕਰ ਇਸ ਹਲਫਨਾਮੇ 'ਚ ਕੀਤਾ ਗਿਆ। ਇਸ ਹਲਫਨਾਮੇ ਮੁਤਾਬਕ ਇੰਟਰਵਿਊ ਹੋਣ ਤੋਂ ਪਹਿਲਾਂ ਦੇ 9 ਮਹੀਨਿਆਂ 'ਚ ਅਜਿਹੇ 300 ਮਾਮਲੇ ਸਾਹਮਣੇ ਆਏ ਸੀ, ਪਰ ਇੰਟਰਵਿਊ ਤੋਂ ਬਾਅਦ ਇਹਨਾਂ ਮਾਮਲਿਆਂ 'ਚ ਵਾਧਾ ਹੋ ਗਿਆ, ਕਿਉਂਕਿ ਅਗਲੇ 9 ਮਹੀਨਿਆਂ 'ਚ ਇਹ ਅੰਕੜਾ ਵੱਧ ਕੇ 300 ਤੋਂ 324 ਤੱਕ ਪਹੁੰਚ ਗਿਆ। ਜਾਣਕਾਰੀ ਖੁਦ DGP ਵੱਲੋਂ ਹਾਈਕੋਰਟ ਦੇ ਵਿੱਚ ਹਲਫਨਾਮੇ 'ਚ ਦਿੱਤੀ ਗਈ ਹੈ। ਜਿਹਾਂ ਮਾਰਚ 'ਚ ਹੋਈ ਇੰਟਰਵਿਊ ਮਗਰੋਂ 1 ਤੋਂ 31 ਮਾਰਚ ਤੱਕ 324 FIR ਦਰਜ ਕੀਤੀਆਂ ਗਈਆਂ। ਕੋਰਟ ਦੇ ਵਿੱਚ ਮੈਟਰ ਚੱਲ ਰਿਹਾ ਲਾਰੈਂਸ ਬਿਸ਼ਨੋਈ ਦਾ, ਉਹਦੇ ਵਿੱਚ ਮਾਨਯੋਗ ਕੋਰਟ ਨੇ ਕਿਹਾ ਸੀਗਾ ਕਿ ਸਾਨੂੰ ਇਹ ਕੰਪਲੀਟ ਡਾਟਾ ਪ੍ਰੋਵਾਈਡ ਕਰਾਇਆ ਜਾਏ ਕਿ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਤੋਂ ਪਹਿਲਾਂ ਜੇਲ੍ਹਾਂ ਤੋਂ ਜਾਂ ਜਿਹੜੀਆਂ ਰੈਂਸਮ ਕਾਲਸ ਆਉਂਦੀਆਂ ਨੇ, ਧਮਕੀ ਭਰੇ ਜਿਹੜੇ ਫੋਨ ਆਉਂਦੇ ਨੇ, ਉਹਨਾਂ ਦਾ ਕੀ ਸਟੇਟਸ ਸੀਗਾ, ਕਿੰਨੇ ਕੁ ਕ੍ਰਾਈਮ ਰਿਕਾਰਡਡ ਹੋਏ ਸੀਗੇ, ਅਤੇ ਜਦੋਂ ਇੰਟਰਵਿਊ ਟੈਲੀਕਾਸਟ ਹੋਈ ਹੈ ਉਸ ਤੋਂ ਬਾਅਦ ਕਿੰਨੇ ਇੰਟਰਵਿਊ ਕਿੰਨੀਆਂ ਇਸ ਤਰ੍ਹਾਂ ਦੇ ਕ੍ਰਾਈਮਸ ਰਿਪੋਰਟਡ ਹੋਏ ਹੈ। ਉਹਦੇ ਪਿੱਛੇ ਮੇਨ ਕਾਰਨ ਇਹ ਸੀਗਾ ਕਿ ਕੋਰਟ ਇਹ ਜਾਣਨਾ ਚਾਹੁੰਦੀ ਸੀਗੀ ਕਿ ਕਿਆ ਉਹਦੇ ਨਾਲ ਕ੍ਰਾਈਮ ਵਧਿਆ ਜਾਂ ਉਹਦੇ ਨਾਲ ਕੋਈ ਕ੍ਰਾਈਮ ਦੇ ਉੱਤੇ ਅਸਰ ਪਿਆ, ਅਤੇ ਉਹ ਰਿਜ਼ਲਟ ਉਹਦਾ ਇਹ ਨਿਕਲ ਕੇ ਆਇਆ ਕਿ ਜਦੋਂ ਇਹ ਡਾਟਾ ਸਾਹਮਣੇ ਆਇਆ ਤਾਂ ਇਹ ਪਤਾ ਚੱਲਿਆ ਕਿ ਵੀ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਤੋਂ ਪਹਿਲਾਂ ਉਸ ਸਾਲ ਦੇ ਵਿੱਚ 300 ਦੇ ਕਰੀਬ ਮੁਕੱਦਮੇ ਸੀਗੇ, ਅਤੇ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਤੋਂ ਬਾਅਦ ਉਹ ਮੁਕੱਦਮੇ ਵੱਧ ਕੇ 324 ਹੋ ਗਏ। ਸੋ ਇਹਦੇ ਨਾਲ ਇਹ ਪਤਾ ਚੱਲਦਾ ਹੈ ਕਿ ਜਿਹੜੀ ਇਹ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਸੀਗੀ, ਇੰਨੇ ਬੜੇ ਵੱਡੇ ਲੈਵਲ 'ਤੇ ਸਮਾਜ ਦੇ ਉੱਤੇ ਅਸਰ ਪਾਇਆ। ਇਸ ਹਲਫਨਾਮੇ ਮੁਤਾਬਕ ਇਹਨਾਂ FIR ਲੁਧਿਆਣਾ 'ਚ 26, ਬਠਿੰਡਾ 'ਚ 34, ਤਰਨ ਤਾਰਨ 'ਚ 17, ਮੋਗਾ 'ਚ 23, ਜਲੰਧਰ 'ਚ 21, ਅੰਮ੍ਰਿਤਸਰ 'ਚ 34, ਬਟਾਲਾ 'ਚ 20 ਅਤੇ ਹੁਸ਼ਿਆਰਪੁਰ 'ਚ 19 FIR ਦਰਜ ਕੀਤੀਆਂ ਗਈਆਂ। ਯਾਨੀ ਕਿ ਫਿਰੌਤੀ ਅਤੇ ਧਮਕੀਆਂ ਦੇ ਮਾਮਲਿਆਂ 'ਚ ਅੰਮ੍ਰਿਤਸਰ ਅਤੇ ਬਠਿੰਡਾ ਸਭ ਤੋਂ ਅੱਗੇ ਨੇ। ਇਸ ਹਲਫਨਾਮੇ 'ਚ ਗੌਰਵ ਯਾਦਵ ਵੱਲੋਂ ਆਪਣੀਆਂ ਉਪਲਬਧੀਆਂ ਵੀ ਦੱਸੀਆਂ ਗਈਆਂ, ਗੈਂਗਸਟਰਾਂ ਖਿਲਾਫ਼ ਕੀਤੀਆਂ ਗਈਆਂ ਕਾਰਵਾਈਆਂ ਦਾ ਵੇਰਵਾ ਵੀ ਦਿੱਤਾ ਗਿਆ। ਪਰ FIR ਇਹ ਵੇਰਵੇ ਇਹਨਾਂ ਉਪਲਬਧੀਆਂ 'ਤੇ ਭਾਰੀ ਪੈਂਦੇ ਵਿਖਾਈ ਦੇ ਰਹੇ ਨੇ। DGP ਨੇ ਬਾਕੀ ਸਾਰੀ ਜਾਣਕਾਰੀਆਂ ਦੇਣ ਤੋਂ ਬਾਅਦ ਹਾਈਕੋਰਟ ਨੂੰ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਅਸੀਂ ਹੁਣ ਅੱਗੇ ਇਸ ਸਾਰੀ ਚੀਜ਼ਾਂ ਉੱਤੇ ਇਹ ਸਾਰੇ ਅਪਰਾਧਾਂ ਉੱਤੇ ਰੋਕਣ ਨੂੰ ਕੀ ਕਾਰਵਾਈ ਕਰ ਰਹੇ ਹਾਂ।
ਅਰਸ਼ ਡੱਲਾ, ਲਖਵੀਰ ਲੰਡਾ, ਇਹ ਸਾਰੇ ਜਿਹੜੇ ਟੈਰਰਿਸਟ ਹੈਗੇ, ਚਾਹੇ ਗੋਲਡੀ ਬਰਾੜ ਹੈ, ਇਹਨਾਂ ਨੂੰ ਹੁਣ ਗੈਂਗਸਟਰ ਤੋਂ ਹਟਾ ਕੇ ਇੰਡੀਵਿਜੁਅਲ ਟੈਰਰਿਸਟ ਦੀ ਕੈਟੇਗਰੀ 'ਚ ਪਾ ਦਿੱਤਾ। ਇੱਕ ਤਰੀਕੇ ਦੇ ਨਾਲ ਇਹ ਸਾਰੇ ਹੁਣ ਆਤੰਕਵਾਦੀ ਘੋਸ਼ਿਤ ਕਰ ਦਿੱਤੇ ਗਏ ਨੇ। ਹਾਲਾਂਕਿ ਕੁਝ ਸਾਈਟਸ ਬਲੌਕ ਕੀਤੀਆਂ ਗਈਆਂ ਨੇ ਜਿਹੜੀ ਇਹ ਕ੍ਰਾਈਮ ਨੂੰ, ਵਾਇਲੈਂਸ ਨੂੰ ਪ੍ਰਮੋਟ ਕਰਦੀਆਂ ਸੀ, ਅਤੇ ਕੁਝ ਸੋਸ਼ਲ ਮੀਡੀਆ ਅਕਾਊਂਟਸ ਵੀ ਬਲੌਕ ਕੀਤੇ ਨੇ, ਔਰ 200 ਤੋਂ ਜ਼ਿਆਦਾ FIRਾਂ ਦਰਜ ਕੀਤੀਆਂ ਨੇ। ਹੁਣ ਇਹ ਐਫੀਡੈਵਿਟ ਹਾਈ ਕੋਰਟ 'ਚ ਦੇ ਦਿੱਤਾ ਗਿਆ। ਹੁਣ ਅਗਲੀ ਸੁਣਵਾਈ 'ਤੇ ਹਾਈ ਕੋਰਟ ਇਸ ਐਫੀਡੈਵਿਟ 'ਤੇ ਕੀ ਕਾਰਵਾਈ ਕਰੇਗਾ, ਕੀ ਆਦੇਸ਼ ਜਾਰੀ ਕਰੇਗਾ, ਇਹ ਉਸ ਦਿਨ ਦੇਖਣਾ ਬੜਾ ਅਹਿਮ ਰਹੇਗਾ। ਕੈਮਰਾਮੈਨ ਬੰਨੀ ਚੌਹਾਨ ਦੇ ਨਾਲ ਪ੍ਰੀਤ ਮਹਿਤਾ, PTC ਨਿਊਜ਼, ਚੰਡੀਗੜ੍ਹ।